200 ਰੁਪਏ ਦੀ ਪਰਚੀ ਲੱਗਦੀ ਆ। ਹਜ਼ਾਰ ਬੱਸ ਸਾਈਡਾਂ ਦੇ ਪਹਾੜ ਨੇ ਤੇ ਕਹਿ ਲਓ ਸੇਮ ਚੀਜ਼ ਆ, ਲੈਵੀ ਸਿਸਟਮ ਆਪਣਾ ਚੱਲ ਪਿਆ। ਹੁਣ ਆਪਣਾ ਅਸਲੀ ਐਡਵੈਂਚਰ ਸ਼ੁਰੂ ਹੋਣ ਲੱਗਿਆ। ਇਹ ਹੈਗੇ ਆਪਾਂ ਹੁਸ਼ਿਆਰਪੁਰ ਰੋਡ ਤੇ, ਤੇ ਅੱਜ ਦੀ ਡਿਟੇਲ ਸਨੀ ਦੱਸੂਗਾ। ਸਨੀ ਕਿੱਥੇ ਚੱਲੇ ਆਪਾਂ ਐਗਜ਼ੈਕਟ? ਆਪਾਂ ਹੁਸ਼ਿਆਰਪੁਰ ਕੁੱਕਾ ਨੇ ਪਿੰਡ ਚੱਲੇ ਆ, ਜਿੱਥੇ ਅਸੀਂ ਗਏ ਸੀ ਤੈਨੂੰ ਲੈ ਕੇ ਨਹੀਂ ਗਏ ਸੀ, ਉੱਥੇ ਲੈ ਕੇ ਚੱਲੇ। ਬਸ ਠੀਕ ਆ, ਇੱਥੇ ਰੁਕੇ ਆ ਕੁਲਚੇ ਖਾਣ। ਫਟਾਫਟ ਆ ਹੋ ਗਏ ਗੰਨੇ ਦਾ ਰਸ ਲਾਉਣਾ ਹੈ, ਪੀਣਾ ਆ? ਨਾ ਨਾ ਅਸੀਂ ਨਹੀਂ ਪੀਣਾ, ਅਸੀਂ ਆਪਣਾ ਰਸ ਲੈ ਕੇ ਆਏ। ਹੁਸ਼ਿਆਰਪੁਰ ਦਾ ਬਾਜ਼ਾਰ ਤੇ ਉੱਥੇ ਕੋਈ ਮਾਰਕੀਟ ਜਾਂ ਕੁਛ ਹੈ ਨਹੀਂਗਾ, ਅਤੇ ਨਾਈਟ ਸਟੇਅ ਦਾ ਤੁਸੀਂ ਭੁੱਲ ਹੀ ਜਾਓ। ਮਤਲਬ ਕਿ ਇੱਕ ਦਿਨ ਦਾ ਜਿਹਨੇ ਪੰਜਾਬ ਦਾ ਪਿਕਨਿਕ ਟਾਈਪ ਜਾਂ ਮਾੜਾ ਮੋਟਾ ਐਡਵੈਂਚਰ ਕਰਨ ਜਾਣਾ। ਪਹੁੰਚ ਗਿਆ ਕੂਕਾ ਨੇਟ ਫੋਰੈਸਟ। ਗੱਡੀ ਦੀ ਐਂਟਰੀ ਹੈਗੀ ਇੱਥੇ 300 ਰੁਪਏ। ਕੁਦਰਤੀ ਮਿਲ ਗਈ ਬਾਈ, ਇੱਥੇ ਫੋਨਾਂ ਦੇ ਨੈਟਵਰਕ ਨਹੀਂ ਹੁੰਦੇ। ਵਿਊ ਦੇਖੋ ਕਿੱਡਾ ਘੈਂਟ ਆ। 300 ਰੁਪਏ ਦੀ ਪਰਚੀ ਲੱਗਦੀ ਆ ਤੇ ਪਰਚੀ ਆਪਾਂ ਲੈ ਲਈ। ਮੇਰੇ ਸਾਈਕਲ ਤੇ ਕਿੰਨੀ ਐਂਟਰੀ ਆ? ਨਹੀਂ ਹੈ ਨੀ ਯਾਰ, ਫਿਰ ਇੱਥੇ ਕਿ ਨਹੀਂ ਲੋਕੇਸ਼ਨ ਦੇਖੋ ਕਿੱਡੀ ਘੈਂਟ। ਕੁਛ ਰਾਈਡਰ ਆ ਰਹੇ ਨੇ ਤੇ ਲੋਕੇਸ਼ਨ ਦੇਖੋ ਕਿਆ। ਜਦੋਂ ਕੁੱਕੜੀ ਕੋਲਿਆਂ ਤੇ ਧਰਨੀ ਆਪਾਂ ਸੇਬ ਕੱਟਣੇ ਆ ਵੀਰੇ, ਜਿਹੜਾ ਇੱਕ ਅੰਬ ਲਿਆਂਦਾ ਚਿਕਨ ਨਾਲ, ਅੰਬ ਉਹ ਸੀਕ੍ਰੇਟ ਆ, ਉਹ ਸੀਕ੍ਰੇਟ ਆ ਯਾਰ, ਆਪਾਂ ਓਏ ਆ ਜਾ ਲੋ, ਉਹ ਸੀਕ੍ਰੇਟ ਆ। ਨਹੀਂ 3:30 ਵੱਜ ਗਏ, ਇੱਕ ਫੋਟੋ ਖਿੱਚ ਲੋ ਬਸ, ਬਾਹਰ ਥੋੜਾ ਜਿਹਾ ਚੱਲਾ ਅੱਗੇ, ਤੂੰ ਰੈਡੀ ਹੋ ਜਾ ਬੈਠੋ ਗੱਡੀ। ਆ ਉਹ ਜਗ੍ਹਾ ਜੀ ਜਿੱਥੇ ਆਪਾਂ ਅੱਜ ਆਏ ਆ, ਚੱਦਰ ਦਾ ਹਜ਼ਾਰ ਬੱਸ ਸਾਈਡਾਂ ਦੇ ਪਹਾੜ ਨੇ ਤੇ ਕਹਿ ਲਓ ਸੇਮ ਚੀਜ਼ ਆ। ਇੱਥੇ ਆ ਗਏ ਅਸੀਂ ਅੱਜ ਟਿਕਾਣਾ ਲਾਇਆ, ਕੂਕਾ ਨੇਟ ਫੋਰੈਸਟ ਫੋਰੈਸਟ ਆ ਇਹ ਹੁਸ਼ਿਆਰਪੁਰ। ਆਹ ਦੇਖੋ ਆਹ ਹੈਗੀ ਹੈ ਜੀ ਜਗ੍ਹਾ, ਹੈ ਕਿ ਨਹੀਂ ਨਜ਼ਾਰੇਦਾਰ? ਆਹ ਹੈਗੀ ਇੱਥੇ ਦੀ ਫੀਲ। ਪਹਿਲਾਂ ਕੱਢ ਤਾਂ ਲੈ, ਥੋੜ੍ਹਾ ਥੋੜ੍ਹਾ ਕੱਢੇਗਾ। ਚੱਲ ਠੀਕ ਹੈ ਤੁਸੀਂ ਆਉਣਾ ਭਰਾਵਾ, ਮੈਨੂੰ ਕੀ ਪਤਾ ਜਗ੍ਹਾ ਦੇ। ਸਨੀ ਪਹਿਲੀ ਵਾਰ ਆਇਆ ਉੱਦਾਂ, ਤੈਨੂੰ ਪਤਾ ਹੀ ਆ ਕਿੰਨੀਆਂ ਜਗ੍ਹਾ ਦੇ ਆਪਾਂ ਗਏ ਹੋਏ ਹਾਂ, ਪਰ ਆਹ ਐਕਸਪੀਰੀਅੰਸ ਮੇਰਾ ਫਸਟ ਟਾਈਮ ਆ। ਗਲਾਸ ਉਹ ਪਏ ਆ, ਬਾਕੀ ਅੰਡਰ ਸੂਡੀ ਆ ਸਾਰਿਆਂ ਨੂੰ, ਕੀ ਹੋਣਾ ਉਰੇ ਹੈਗਾ ਸਲਾਦ ਸਲੂਦ ਸਾਰਾ ਕੁਛ। ਸੈਟ ਰੈਡੀ ਆ ਤੇਰੇ ਵਾਲਾ? ਨਹੀਂ ਨਹੀਂ ਬਣ ਰਿਹਾ ਵੀਰੇ, ਮਤਲਬ ਕਿ ਤੂੰ ਕਰਤਾ ਹਨਾ ਆਪਣੇ ਲੋਕ ਕੇ ਬਾਈ, ਤੁਹਾਡੀ 1% ਆਈਸ ਨਹੀਂ ਪਿਘਲੀ। ਲੈ ਭਾਬੀ ਵਾਲਾ ਪਾਣੀ ਠੰਡਾ ਹੋ ਗਿਆ ਓਏ, ਬਸ ਠੀਕ ਆ। ਹਾਂ ਤੂੰ ਵੀ ਕੁਝ ਦਿਖਾ ਦੇ, ਜਲਵਾ ਹਰਮਨ ਨੇ ਅੱਗ ਦਿਖਾ ਤੇ ਇੱਧਰ ਪੇਟੀ ਦਿਖਾ ਤੇ ਮਾਨ ਕੱਟ ਕੇ ਖਾ ਆਏਗਾ ਸਾਡਾ ਫਰੂਟਾਂ ਵਾਲਾ। ਤੇਰੀ ਭੈਣ ਨੂੰ ਉਹ ਫਿਊਲ ਚੱਕ ਲੱਗ ਗਈ, ਗਰਮ ਹੋ ਗਿਆ। ਦੇਸੀ ਸਟਾਈਲ ਪੱਗ ਆਪਾਂ ਵੀ ਬੰਨ ਲਈ ਆ, ਤਿਆਰ ਆ ਪਿੱਛੇ ਆਪਣਾ ਸੈਟਅਪ, ਸਾਰਿਆਂ ਨੇ
ਸਾਰਿਆਂ ਨੇ ਪਰਨੇ ਬੰਨੇ ਸੀ, ਮੈਂ ਕਿਹਾ ਚੱਲ ਆਪਣੀ ਫਿਰ ਟੋਪੀ ਜੱਜਦੀ ਨਹੀਂ। ਚੱਲ ਰਹੀ ਆ ਤਿਆਰੀ? ਹਾਂ ਜੋਰਾਂ ਸ਼ੋਰਾਂ ਸੇ ਆਉ ਨਜ਼ਾਰਾ ਪੂਰਾ। ਲਾਡਾ ਹੋ ਗਿਆ ਥੋੜਾ ਸੈੱਟ, ਉਹ ਕਹਿੰਦਾ ਮੈਂ ਤਾਂ ਵਲੌਗ ਨਹੀਂ ਬਣਨਾ, ਤੂੰ ਵਲੌਗ ਬਣਾ। ਤੇ ਸਭ ਤੋਂ ਵੱਡੀ ਚੀਜ਼ ਪਤਾ ਕੀ ਹੈ ਯਾਰ, ਇਹਨੂੰ ਲਿਆਉਣ ਲਈ ਸਾਨੂੰ ਬਹੁਤ ਕੁਛ ਕਰਨਾ ਪਿਆ। ਤੇ ਸਭ ਤੋਂ ਵੱਡੀ ਚੀਜ਼ ਪਤਾ ਕੀ ਆ, ਸਨੀ ਨੇ ਜਿੰਨੀ ਵੀਡੀਓ ਬਣਾਈ ਆ ਸਾਰੇ ਚ ਆਪਣੀ ਪੱਗ ਕੱਟੀ ਹੋਈ ਆ, ਫੇਸ ਪੂਰਾ ਹੀ ਨਹੀਂ ਆਉਂਦਾ ਉਹਦਾ। ਉਹ ਪੱਗ ਮੈਂ ਛੋਟੀ ਬੰਨੀ ਆ ਤਾਂ ਕਰਕੇ ਨਹੀਂ ਪੂਰੀ ਆ ਰਹੀ। ਆਹ ਦੇਖੋ ਡੈਨੀਅਲ ਵਿਦ ਚਿਕਨ ਵਿਦ ਆਪਣੀ ਲਾਸਟ ਡਿਸ਼ ਰਹਿ ਗਈ ਆ। ਡਿਸ਼ ਕਿਹੜੀ ਆ? ਸਵੀਟ ਡਿਸ਼। ਇਹ ਜਸਪ੍ਰੀਤ ਵੀਰੇ ਦੀ ਪੁਰਾਣੀ ਸਹੇਲੀ ਦਾ ਅੱਜ ਬਰਥਡੇ ਸੀਗਾ, ਇਸ ਕਰਕੇ ਅਸੀਂ ਅੰਬ ਕੱਟਦੇ ਹਾਂ। ਸਾਡਾ ਤਾਂ ਚਿੱਲ ਫਨ ਵਧੀਆ ਹੋ ਗਿਆ, ਹੁਣ ਪੈਕਿੰਗ ਹੋ ਗਈ ਆ ਅਤੇ ਹੁਣ ਨਿਕਲ ਗਏ ਇੱਥੋਂ। ਪਤਾ ਨਹੀਂ ਵੀਡੀਓ 'ਚ ਤੁਹਾਨੂੰ ਇੰਜੋਏਮੈਂਟ ਕਿੱਦਾਂ ਦਾ ਲੱਗਿਆ ਹੋਣਾ। ਹਾਂ ਸਨੀ, ਕੀ ਐਕਸਪੀਰੀਅੰਸ ਰਿਹਾ? ਤੂੰ ਦੱਸ, ਸਾਡਾ ਤਾਂ ਵਧੀਆ ਸੀਗਾ। ਬਸ ਮੇਰਾ ਵੀ ਸੈੱਟ ਸੀ, ਕੈਂਟ ਸੀ ਨਾ। ਹਾਂ ਨਜ਼ਾਰੇ ਵਾਲਾ, ਨਜ਼ਾਰੇ ਜਾਣ ਸੀ, ਮੌਸਮ ਨੇਚਰ ਸਭ ਕੁਛ ਕੈਂਟ ਆ ਇੱਧਰ। ਚਲੋ ਤਿਆਰੀ ਹੋ ਗਈ ਅਤੇ ਚੱਲੀਏ। ਆ ਰਿਹਾ ਸੀਗਾ ਵਿਊ ਜਿਹੜਾ ਇੱਥੇ ਸੀਗਾ, ਅਤੇ ਹੁਣ ਆਪਾਂ ਨਿਕਲੀਏ। ਭਾਬੀ ਦਾ ਜੀ ਫੋਨ? ਫੋਨ ਤਾਂ ਆਹੋ ਕੀ ਕਹਿੰਦੇ, ਕਹਿੰਦੇ ਕਦੋਂ ਆ ਰਹੇ ਹੋ, ਫਿਰ ਹੁਣ ਪਿੱਕ ਕਰਨਾ। ਚਲੋ ਚੱਲੀਏ ਫਿਰ। ਚਲੋ ਸਰ, ਓਕੇ, ਜਾਣਾ ਪੈਣਾ ਵਾ। ਇਹ ਸੀਗੀ ਜੀ ਕੁੱਕਾ ਨੇੜੇ ਦੀ ਵੀਡੀਓ, ਕਿੱਦਾਂ ਦੀ ਲੱਗੀ ਜ਼ਰੂਰ ਦੱਸਿਓ।